ਸਮਾਜ ਕੋਲ ਆਪਣੀ ਕੁੜੀ ਦਾ ਫੁੱਦਾ ਦਾ ਪੂਰਾ ਸਾਲਾ ਮਿੱਟੀ ਕਰਾ ਚੁੱਕਾ, ਜਣੇ ਖੜੇ ਇਜ਼ਰਾਈਲੀ ਸੋਲਜਰ ਇੰਡੀਅਨ ਆਰਮੀ ਸੋਲਜਰ ਦਿਲਾਂ ਨੂੰ ਛੁਪਾ ਚੁੱਕਾ, ਤੇ ਉਹਦੀ ਕੁੜੀ ਦਾ ਫੁੱਦਾ ਹੁਣ ਬਿਲਕੁਲ ਹੀ ਖਤਮ ਹੋ ਚੁੱਕਾ ਤੇ ਉਹਦਾ ਕੋਈ ਰੇਟ ਵੀ ਨੀ ਹੈਗਾ, ਇਸ ਕਰਕੇ ਉਹ ਚਾਹੁੰਦਾ ਵੀ ਉਹ ਮੇਰੀ ਕੁੜੀ ਨੂੰ ਗੋਦ ਲੈ ਕੇ ਉਹਦੇ ਪੋਸੜੇ ਦੇ ਵਿੱਚ ਇਜ਼ਰਾਈਲੀ ਅਮਰੀਕਾ ਦੇ ਲੈਣ ਪਵਾ ਕੇ ਚਾਰ ਪੈਸੇ ਇਕੱਠੇ ਕਰੇ, ਜਦਕਿ ਇਹ ਮੇਰਾ ਹੱਕ ਹੈ। ਮੈਂ ਮਦਰੱਸਿਆਂ ਚ ਮੁੱਠ ਮਾਰਦਾ ਰਿਹਾ, ਮੈਂ ਮਦਰੱਸਿਆਂ ਚ ਜਿੰਨੀਆਂ ਸਾਡੀਆਂ ਮੁਸਲਮਾਨ ਭੈਣਾਂ ਦੇ ਫੁੱਦੇ ਚ ਲੰਘ ਜਾਂਦੇ ਸੀ, ਕੱਸੇ ਗਿਣਦਾ ਹੁੰਦਾ ਸੀ, ਦੇਖਦਾ ਹੁੰਦਾ ਸੀ ਸਾਡੀ ਕਿਹੜੀ ਭੈਣ ਇੰਡੀਆ ਦੇ ਕਿੰਨੇ ਲਾਨੇ ਲੈਂਦੀ ਹੈ, ਕਿੰਨੀ ਵਾਰ ਕੱਥਾ ਵੱਜਦਾ ਹੈ, ਕਿੰਨੇ ਚੁੱਪੇ ਮਾਰਦੀ ਹੈ, ਤੇ ਮੈਨੂੰ ਸਾਲਾ ਇਹਦੇ ਬਦਲੇ ਕੀ ਮਿਲਿਆ ਲਾਨੇ ਬਾਬੇ ਦਾ। ਮੈਂ ਆਪਣੀ ਕੁੜੀ ਨੂੰ ਜਵਾਨ ਕੀਤਾ ਪੂਰਾ, ਉਹਦੀ ਫੁੱਦੀ ਦੀ ਵਾਰ ਹਮੇਸ਼ਾ ਸ਼ੇਪ ਕੀਤੇ, ਵੀਡੀਅਨ ਨੂੰ ਉਹਦੀ ਫੁੱਦੀ ਪਸੰਦ ਆਵੇ, ਤੇ ਹੁਣ ਜਦੋਂ ਪੈਸੇ ਕਮਾਉਣ ਦੀ ਵਾਰੀ ਆਈ ਤਾਂ ਕਿਹਾ ਜਾ ਰਿਹਾ ਵੀ ਜਾਲ ਹਮੀਰ ਆਪਣੀ ਕੁੜੀ ਦੀ ਫੁੱਦੀ ਤੋਂ ਜਿਹੜਾ ਕਮਾਈ ਕਰੂਗਾ ਉਹਦੇ 50% ਹਿੱਸਾ ਆਰਮੀ ਨੂੰ ਤੇ ISI ਨੂੰ ਦੇਣਾ ਪੈਣਾ। ਮੇਰੀ ਗੱਲ ਸੁਣ ਲਓ, ਮੈਂ ਨੀ ISI ਨੂੰ ਹਿੱਸਾ ਦੇਣਾ। ਰਹਿਮਤ ਡੇਵਸ ਇੱਥੇ ਸ਼ਰਮ ਵੱਢ ਮਾਰ ਗਿਆ, ਉਸ ਤੋਂ ਪੈਸੇ ਲੈ ਲਏ, ਤੇ ਮੈਨੂੰ ਵੀ ਨੀ ਪੈਸੇ ਲਵਾਉਂਦੇ ਭੈਣ ਦੇ ਲੋੜੇ। ਤੁਸੀਂ ਇੱਥੇ ਘਰੇ ਬੈਠੇ ਆਪਣੀ ਭੈਣਾਂ ਦੀ ਫੁੱਦੀਆਂ ਫੜਦੀਆਂ ਦੇਖਦੇ ਹੋ, ਕੱਸੇ ਸਹੀ ਤਰੀਕੇ ਨਾਲ ਨੀ ਗਿਣਦੇ। ਇਕਨੋਮੀ ਬਹੁਤ ਡਾਊਨ ਹੋਈ ਪਈ ਆ, ਇਸਲਾਮ ਦੀ ਮਾਂ ਦੀ ਲੰਘ ਬੜੀ ਪਈ ਆ, ਮੱਕੇ ਮਦੀਨੇ ਚ ਤਾਂ ਏਦਾਂ ਸ਼ੈਤਾਨ ਨੇ ਵੀ ਅੱਲਾ ਦੀ ਵੁੱਢ ਨੀ ਮਾਰੀ ਸੀ ਜਿੰਨੀ ਤੁਸੀਂ ਭੈਣ ਚੋਦੋ। ਇੱਥੇ ਪਾਕਿਸਤਾਨ ਜਿਹੜਾ ਕਿ ਅਸੀਂ ਇਸਲਾਮ ਦੇ ਨਾਮ ਤੇ ਸਭ ਤੋਂ ਵੱਡਾ ਗਾਂਢ ਪੰਗਾ ਬਣਾਇਆ ਸੀ, ਉਹਨੂੰ ਤੁਸੀਂ ਬਦਨਾਮ ਕਰਤਾ, ਉਹ ਮੁੱਲ ਲਿਓ, ਕਦ ਤੱਕ ਤੁਸੀਂ ਚੁੰਕਣੇ ਲੁੱਲਿਓ, ਭੈਣ ਦੇ ਲੋੜਿਓ, ਮੇਰੀ ਕੁੜੀ ਦਾ ਫੁੱਦੀ ਦਾ ਮੈਨੂੰ ਮੁਆਵਜ਼ਾ ਦਵਾਓ। ਰਹਿਮਤ ਡੇਵਿਸ ਦਾ ਸ਼ਰੇਆਮ ਸਾਡੀ ਭੈਣ ਦੀ ਫੁੱਦੀ ਪਾੜ ਕੇ ਸਾਡੇ ਭਰਾਵਾਂ ਦੀ ਮੁੜ ਚ ਗੋਲੀ ਕੱਢ ਕੇ ਦੌੜ ਗਿਆ, ਚਾਨੀ ਉਰੇ ਟੱਟੇ ਵੜਦਾ ਸੀ, ਜਰਦਾਰੀ ਜੀ ਦੀ ਮਾਂ ਦੀ ਫੁੱਦੀ ਮਨਮੋਹਨ ਸਿੰਘ ਨੇ ਮਾਰੀ, ਉਹ ਵੀ ਭੈਣ ਦਾ ਲੋੜਾ ਆਪਣੀ ਘਰ ਵਾਲੀ ਦੇ ਨਜ਼ਰ ਭੁੱਟੋ ਦੇ ਭੋਸੜੇ ਦੇ ਉੱਪਰ। ਇੱਥੇ ਸਾਲਾ ਕਰੀ ਜਾਂਦਾ ਤਾਕਤ ਵਧਾ ਰਿਹਾ ਆਪਣੀ, ਕਹਿ ਰਿਹਾ ਮੈਂ ਆਪਣੀ ਘਰ ਵਾਲੀ ਦਾ ਪੋਸਟਾ ਬਣਵਾਇਆ ਤੇ ਪਾਕਿਸਤਾਨ ਦੀ ਮੁਸਲਮਾਨ ਕੁੜੀਆਂ ਦੀ ਗਾਂਢ ਪੜਵਾਉਣ ਦਾ ਹੱਕ ਮਿਲਿਆ ਆ, ਉਹ ਭੈਣ ਦੇ ਲੋੜੇ, ਮੈਂ ਤਾਂ ਆਪਣਾ ਪੂਰਾ ਟੱਬਰ ਹੀ ਇੰਡੀਆ ਦੇ ਲੰਨਾਂ ਤੋਂ ਪੜਵਾਇਆ, ਮੈਨੂੰ ਕੋਈ ਮਿਲਿਆ ਲੰਨ ਬਾਬੇ ਦਾ, ਤੇ ਇੱਦਾਂ ਨਾ ਕਰੋ। ਸਾਡੀ ਇਹ ਮਜਬੂਰੀ ਆ, ਸਾਡੀ ਭੈਣਾਂ ਦੀ ਫੁੱਦੀਆਂ ਚੁੜੀਆਂ ਦਾ ਲੰਨ ਜਾਣਾ ਬਹੁਤ ਜ਼ਰੂਰੀ ਆ। ਮਦਰੱਸੇ ਵਿੱਚ ਬੈਠੇ ਭਰਾਵੋ, ਜਾ ਕੇ ਕਸ਼ਮੀਰਾਂ ਵਿੱਚ ਆਪਣੀ ਭੈਣ ਚ ਲੱਭੋ, ਸ੍ਰੀਨਗਰ ਜਾਓ ਤੇ ਆਪਣੀ ਮਾਂ ਦੇ ਫੁੱਦੇ ਦੇ ਉੱਪਰ ਇੰਡੀਅਨ ਜਿਹੜੇ ਕੱਸੇ ਲਾਉਂਦੇ ਨੇ ਉਹਨਾਂ ਦੀ ਗਿਣਤੀ ਕਰੋ ਤੇ ਪੈਸੇ ਲਓ, ਭੈਣ ਤੇ ਲੋੜਿਓ। ਇੱਥੇ ਭੈਣ ਚੋਦੋ ਮਦਰੱਸੇ ਜੇ ਮੁੱਠ ਮਾਰ ਕੇ ਕੁਛ ਨੀ ਮਿਲਣਾ, ਜਾਂ ਆਪਣੀ ਭੈਣਾਂ ਦੇ ਫੁੱਦਿਆਂ ਦੇ ਕੱਸੇ ਗਿਣੋ ਸਹੀ ਤਰੀਕੇ ਨਾਲ, ਤਾਂ ਜੇ ਆਪਦੀ ਮਾਂ ਦੀ ਲੰਘ ਤੇ ਜਾਣੀ ਆ, ਕੀ ਸਮਝੇ ਭੈਣ ਤੇ ਲੋੜਿਓ। ਅੱਲਾ ਵੱਲਾ ਪਾਕਿਸਤਾਨ ਦੀ ਗਾਂਢ ਚ ਲੱਲਾ ਮੁੱਲੇ ਚਾਹੁੰਦੇ ਰਹੇ, ਸਭ ਦੇ ਧੜ ਖੁੱਲੇ, ਅੱਲਾ ਦੀ ਮਜਬੂਰੀ ਆ, ਸਾਡੀ ਗਾਂਢ ਚ ਇੰਡੀਆ ਦਾ ਡੰਡਾ ਜਾਣਾ ਬਹੁਤ ਜ਼ਰੂਰੀ ਆ।